ਦੂਸਰੇ ਹਰਗਾਂ ਬਣਨ ਦੀ ਕੋਸ਼ਿਸ਼ ਕਰਨ ਤੋਂ ਬਿਹਤਰ ਹੈ ਕਿ ਤੁਸੀਂ ਆਪਣਾ ਇੱਕ ਮਕਾਮ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਆਪਣੀ ਸਾਰੀ ਤਵਨਾਈ ਸਾਰੀ ਐਫਰਟ ਆਪਣਾ ਟੋਟਲ ਬੈਸਟ ਪਰਫਾਰਮ ਕਰਨ ਦਾ ਜਿਹੜਾ ਤੁਹਾਡੇ ਕੋਲ ਹੁਨਰ ਹੈ ਉਸ ਚੀਜ਼ ਤੇ ਖਰਚ ਕਰ ਦੋ ਕਿ ਤੁਸੀਂ ਖੁਦ ਨੂੰ ਸਾਬਤ ਕਰ ਸਕੋ ਔਰ ਇਸ ਮਾਮਲੇ 'ਚ ਅਗਰ ਤੁਸੀਂ ਠੀਕ ਹੋ ਤੇ ਫਿਰ ਦੂਸਰਿਆਂ ਨੂੰ ਵਜਾਹਾਂ ਦੇਣ ਦੀ ਜ਼ਰੂਰਤ ਨਹੀਂ ਬਲਕਿ ਵਜਾਹਤ ਦੇਣ ਦੀ ਬਜਾਏ ਫੈਸਲੇ ਨੂੰ ਤੁਸੀਂ ਵਕਤ ਤੇ ਛੱਡ ਦਿਓ ਵਕਤ ਖੁਦ ਬਖੁਦ ਫੈਸਲਾ ਕਰੇਗਾ ਕਿ ਜੋ ਤੁਸੀਂ ਕਰ ਰਹੇ ਸੋ ਉਹ ਠੀਕ ਸੀ ठीक हो गया जी इस खूबसूरत जी गल का करने आसी आगाज सुबह ख़ैर जिंदगी और की ने तो आड़े हाल में होस्ट हाँ बिस्मिल्लामान इराहीम तो, तो, तो चलिए स्टार्ट करने अज की सुबह बहुत खूबसूरत हसबे मामूल अल्लाह तलाकर अदा करद्या हो बचे हुए ही सागोदाने के कुछ पलस पे स ਤੇ ਅੱਜ ਅਸੀਂ ਮਿਲਕਸ਼ੇਕ ਨਹੀਂ ਬਣਾ ਰਹੇ ਆ ਮੰਗੋ ਦਾ ਅਸੀਂ ਬਣਾ ਰਹੇ ਆ ਜੂਸ ਜਿਹੜਾ ਕਿ ਪਾਣੀ ਪਾ ਕੇ ਅਸੀਂ ਬਣਾਨੇ ਆ ਥੋੜੀ ਜੀ ਚੀਨੀ ਪਾਣੀ ਔਰ ਬਾਕੀ ਤਿੰਨ ਚਾਰ ਮੰਗੋ ਮੈ ਵਿੱਚ ਪਾਦਦੇ ਨੇ ਔਰ ਕੁਛ ਬਰਫ਼ ਦੇ ਕਯੂਬ ਪਾਦਦੇ ਨੇ ਠੀਕ ਹੋ ਗਿਆ ਤੇ ਇਹਨੂੰ ਅੱਛੀ ਤਰ੍ਹਾਂ ਬਲੈਂਡ ਕਰਕੇ ਦੀ ਕੰਸਿਸਟੈਂਸੀ ਬਹੁਤ ਠੀਕ ਰੱਖਣੀ ਹੈ ਠੀਕ ਹੈ ਇਹ ਦੇਖ ਲਓ ਹੁਣ ਇਹਨਾਂ ਮੈਂ ਜਗ ਵਿੱਚ ਟ੍ਰਾਂਸਫਰ ਕਰ ਰਹੀ ਆ ਅਲਹਮਦੁਲਿਲਾ ਬਹੁਤ ਅੱਛਾ ਬਣਿਆ ਹੈ ਆਬ ਤੇ ਬਹੁਤ ਮਿੱਠੇ ਨਹੀਂ ਅੱਜਕੱਲ ਲੇਕਿਨ ਅੰਬ ਨੇ ਤਜ਼ਾਹਰ ਹੈ ਖਾਣੇ ਨੇ ਅਸੀਂ ਠੀਕ ਹੋ ਗਿਆ ਇਹਨੂੰ ਅਸੀਂ ਇਹ ਜਿਹੜਾ ਰੱਖਿਆ ਹੋਇਆ ਸੀ ਮਟੀਰੀਅਲ ਉਹਦੇ ਉੱਪਰ ਪੋਰ ਕਰ ਦਿੱਤਾ ਹੈ ਔਰ ਨਾਲ ਮੇਰੇ ਕੋਲ ਬਚੀ ਹੋਈ ਜੈਲੀ ਵੀ ਸੀ ਉਹ ਮੈਂ ਪਾਤੀ ਕੱਲ ਅੱਧੀ ਯੂਜ਼ ਕੀਤੀ ਸੀ ਤੁਹਾਡੇ ਸਾਹਮਣੇ ਔਰ ਬਾਕੀ ਰੱਖੀ ਹੋਈ ਸੀ ਠੀਕ ਹੈ ਔਰ ਕੌਣ-ਕੌਣ ਐਵੇਂ ਕਰਦਾ ਕਿ ਇੱਕ ਦਿਨ ਜੀਜ਼ ਬਣਾ ਲੇ ਤੇ ਦੋ ਤਿੰਨ ਦਫਾ ਉਹਨੂੰ ਯੂਜ਼ ਕਰ ਲੈਂਦਾ ਮੈਂ ਕਰਨੀ ਆ ਮੈਨੂੰ ਇਹਦੇ ਵਿੱਚ ਕੋਈ ਕਬਾਹਤ ਨਹੀਂ ਔਰ ਅਗਰ ਤੁਸੀਂ ਵੀ ਕਰਦੇ ਹੋ ਤਾਂ ਜ਼ਰੂਰ ਕਮੈਂਟਸ 'ਚ ਦੱਸਣਾ ਠੀਕ ਹੈ ਇਹਨੂੰ ਕਫਾਇਤ ਛਾਰੀ ਵੀ ਆਖਦੇ ਨੇ ਔਰ ਥੋੜਾ ਸਲੀਕਾ ਤਰੀਕਾ ਵੀ ਆਖਦੇ ਨੇ ਅਗਰ ਤੁਹਾਨੂੰ ਅੱਛਾ ਲੱਗੇ ਤੇ ਵੈਲੰਟ ਗੁੱਡ ਨਾ ਅੱਛਾ ਲੱਗੇ ਤੇ ਫਿਰ ਵੀ ਮੈਨੂੰ ਕੋਈ ਮਤਲਬ ਮਸਲਾ ਨਹੀਂ ਹੈ ਹੋ ਸਕਦਾ ਤੁਸੀਂ ਇਸ ਤਰ੍ਹਾਂ ਨਾ ਕਰਨਾ ਪਸੰ ਨਾਸ਼ਤਾ ਕੀਤਾ ਸੀ ਔਰ ਨਾਸ਼ਤਾ ਤੋਂ 2 ਘੰਟੇ ਬਾਅਦ ਇੰਨੇ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ 2 ਘੰਟੇ ਤੋਂ ਬਾਅਦ ਅਸੀਂ ਬਣਾਏ ਦੋ ਬਿਹਤਰੀਨ ਜਿਹੇ ਪਰਾਠੇ ਔਰ ਬੱਚਿਆਂ ਨੇ ਮੈੰਗੋ ਨਾਲ ਫੇਰ ਪਰਾਠੇ ਖਾਦੇ ਠੀਕ ਹੋ ਗਿਆ ਜੀ ਮੈਂ ਚਾਹ ਨਾਲ ਪਰਾਠਾ ਖਾਦਾ ਸੀ ਠੀਕ ਹੋ ਗਿਆ ਔਰ ਜੀ ਫੇਰ ਇਸ ਤੋਂ ਬਾਅਦ ਵਕਤ guzarda ਗਿਆ ਸ਼ਾਮ ਦੇ 4 ਵਜੇ ਨੇ ਠੀਕ ਹੈ ਦਰਮਿਆਨ ਜੋ ਬਹੁਤ ਕੁਝ ਹੋਇਆ ਉਸ ਗੱਲ ਨੂੰ ਛੱਡੋ ਤੇ ਮੇਰੀ ਅੱਜ ਵੀ ਇੱਕ ਬੱਚੇ ਦੀ ਫਰਮਾਇਸ਼ ਤੇ ਸਮੋਸੇ ਆਏ ਸੀ ਮਾਰਕੀਟ ਤੇ ਤੇ ਅਸੀਂ ਉਹਨਾਂ ਨੂੰ ਇੰਜੋਏ ਕੀਤਾ ਨਾਲ ਮੰਗੋ ਸ਼ੇਕ ਬੱਚਿਆਂ ਵਾਸਤੇ ਬਣਾਇਆ ਔਰ ਜਿਹੜੀ ਪੁਡਿੰਗਸ ਬਣਾਈ ਸੀ ਉਹ ਹਾਲੇ ਵੀ ਪਈ ਸੀ ਠੀਕ ਹੈ ਉਹ ਵੀ ਨਾਲ ਰੱਖੀ ਜੇ ਕਿਸੇ ਦਾ ਦਿਲ ਕੀਤਾ ਤਾਂ ਖਾਣਗੇ ਮੈਂ ਤੇ ਨਾਲ ਪੀਤੀ ਕੌਫੀ ਠੀਕ ਹੋ ਗਿਆ ਤੇ ਸਮੋਸਾ ਖਾਣ ਦਾ ਜਿਹੜਾ ਕੌਫੀ ਨਾਲ ਮਜ਼ਾ ਹੈ ਨਾ ਉਹਦੀ ਵੀ ਕੋਈ ਮਿਸਾਲ ਨਹੀਂ ਮਿਲਦੀ ਠੀਕ ਹੈ ਤੁਸੀਂ ਸਮੋਸਾ ਲੈ ਕੇ ਤੇ ਉਹਦੇ ਤੇ ਜ਼ੁਲਮਤ ਤਸ਼ਦਦ ਕਰਕੇ ਪਹਿਲਾਂ ਚਮਚੇ ਨਾਲ ਉਹਨੂੰ ਤੋੜ ਤਾੜ ਲਵੋ ਤੇ ਉਸ ਤੋਂ ਬਾਅਦ ਆ ਦੇਖਣਾ ਹੁ ਮੈਂ ਤੁਹਾਨੂੰ ਕਰਕੇ ਪ੍ਰੈਕਟੀਕਲੀ ਦਿਖਾਨੀ ਆ ਉਸ ਤੋਂ ਬਾਅਦ ਉਸ ਸਮੋਸੇ ਨੂੰ ਖਾਣ ਦਾ ਜਿਹੜਾ ਮਜ਼ਾ ਹੈ ਨਾ ਬਸ ਉਹ ਫਿਰ ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖ ਸਕਦੇ ਹੋ ਕਿ ਸਮੋਸਾ ਖਾਣ ਦਾ ਕੀ ਮਜ਼ਾ ਹੈ ਠੀਕ ਹੈ ਔਰ ਇਹ ਤੁਹਾਨੂੰ ਸਕੂਲ ਦੇ ਦਿਨ ਤੋਂ ਜ਼ਰੂਰ ਯਾਦ ਕਰਾਂਦਾ ਹੋਏਗਾ ਠੀਕ ਹੈ ਸਮੋਸਾ ਖਾਣਾ ਔਰ ਇਸ ਸਮੋਸਾ ਤੋੜਦੇ ਵਕਤ ਜਿਹੜੀ ਮੇਰੀ ਫੀਲਿੰਗ ਹੈ ਨਾ ਇਹ ਯਕੀਨਨ ਤੁਹਾਡੀ ਵੀ ਫੀਲਿੰਗ ਹੋਣੀ ਹੈ ਤੇ ਇਸ ਮੌਕੇ ਤੇ ਮੈਂ ਤੁਹਾਨੂੰ ਰਿਕਵੈਸਟ ਕਰ ਰਹੀ ਹਾਂ ਕਿ ਮਿਹਰਬਾਨੀ ਕਰੋ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਬਹੁਤ ਮਿਹਨਤ ਲੱਗਦੀ ਹੈ ਠੀਕ ਹੈ ਔਰ ਤੁਹਾਡਾ ਸਬਸਕ੍ਰਾਈਬ ਕਰਨਾ ਹੀ ਮੇਰੀ ਹੌਸਲਾ ਫਜ਼ਾਈ ਹੈ ਔਰ ਵੀਡੀਓ ਨੂੰ ਕੰਪਲੀਟ ਦੇਖਿਆ ਕਰੋ ਥੰਬਸ ਅਪ ਕਰਿਆ ਕਰੋ ਪਸੰਦ ਆਏ ਤੇ ਫੈਮਿਲੀ ਫਰੈਂਡਸ ਸ਼ੇਅਰ ਵੀ ਕਰ ਸਕਦੇ ਹੋ ਠੀਕ ਹੋ ਗਿਆ ਜੀ ਚਾਹੇ ਤੋਂ ਬਾਅਦ ਸਾਨੂੰ ਹੁਣ ਟੈਨਸ਼ਨ ਸੀ ਬਹੁਤ سارے ਕੰਮ ਦਰਮਿਆਨ ਚ ਕੀਤੇ ਲ ਤੁਹਾਨੂੰ ਅੱਜ ਗੱਲਾਂ ਦਸੀਏ ਕਿ ਹੁਣ ਸ਼ਾਮ ਨੂੰ ਕੀ ਪਕਾਣਾ ਹੈ ਤੇ ਇਹ ਜੀ ਵਾਈਟ ਲੋਬੀਆ ਉਬਲਿਆ ਹੋਇਆ ਕੱਲ ਰੈੱਡ ਲੋਬੀਆ ਸੀ ਨਹੀਂ ਕੱਲ ਸ਼ਾਇਦ ਨਹੀਂ ਸੀ ਖੈਰ ਜੋ ਵੀ ਸੀ ਪਿਛਲੇ ਕਿਸੇ ਰੈਸਪੀ ਵਿੱਚ ਹੈ ਸੀ ਤੇ ਇਹ ਵਾਈਟ ਲੋਬੀਆ ਸੀ ਤੇ ਐਮ ਐਨ ਆਰ ਪਿਆਜ਼ ਟਮਾਟਰ ਸਬਜ਼ ਮਿਰਚਾਂ ਔਰ ਅਦਰਕ ਲਸਣ ਦੀ ਪੇਸਟ ਪਾ ਕੇ ਤੇ ਇਹਨੂੰ ਸਹੀ ਤਰ੍ਹਾਂ ਫਾਇਆ ਇੱਕ ਵਾਰੀ ਤੇਜ਼ ਆਂਚ ਤੇ اور ਜਦੋਂ ਆਂਚ ਬਿਲਕੁਲ ਤੇਜ਼ ਹੋ ਜੂਵੇ ਨਾ ਤਾਂ ਫਿਰ ਇਹਨਾਂ ਨੂੰ ਹਲਾਉਣਾ ਜਲਾਉਣਾ ਤੇ ਜਦੋਂ ਇਹ ਟਰਾਂਸਪੇਰੈਂਟ ਹੋ ਜਾਣਗੇ ਤੇ ਫਿਰ ਇਹ ਹੁਣ ਅੱਜ ਦਾ ਮਸਾਲਾ ਜਿਹੜਾ ਹੈ ਨਾ ਇਹਨੂੰ ਅਸੀਂ ਅੱਛੀ ਤਰੀਕੇ ਨਾਲ ਥੋੜਾ ਇਹਨੂੰ ਮੈਲਟ ਕਰਨਾ ਪਿਆਜ਼ ਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਵਿੱਚ ਬੇਸਿਕ ਮਸਾਲੇ ਪਾ ਲਓ ਹਲਦੀ ਨਮਕ ਮਿਰਚ ਔਰ ਜ਼ੀਰਾ ਕਾਲੀ ਮਿਰਚ ਕਾਲੀ ਮਿਰਚ ਪਾਊਡਰ ਖੈਰ ਤੁਸੀਂ ਬਾਅਦ ਵਿੱਚ ਵੀ ਛਿੜਕ ਸਕਦੇ ਹੋ ਸਾਬਤ ਪਾਣੀ ਹੋਏ ਤੇ ਇਸ ਪੁਆਇੰਟ ਤੇ ਪਾ ਸਕਦੇ ਹੋ ਕਰਦਿਆਂ ਕਰਾਂਦੇ ਆ ਅਨੁਸਾਰ ਇਹਨੂੰ ਸਾਰੇ ਨੂੰ ਇੱਕ ਵਾਰੀ ਤੁਸੀਂ ਮਸਾਲੇ ਨੂੰ ਪੁੰਨਣਾ ਹੈ ਥੋੜੀ ਦੇਰ ਪਾਣੀ ਸ਼ਾਣੀ ਲਾਣਾ ਹੋ ਮ ਨਾਲ ਅਗਰ ਤੁਸੀਂ ਕੁਕਿੰਗ ਕਰਨਾ ਸੀ ਅੱਗੇ ਨਾ ਤੇ ਫਿਰ ਬਸ ਇਹ ਮੈਂ ਵਿਗਨ ਵਾਸਤੇ ਗੱਲ ਕਰ ਰਹੀ ਹਾਂ ਬਾਏ ਦੋਵੇ ਬਾਕੀ ਮਾਸ਼ਾਅੱਲਾ ਮੈਨੂੰ ਦੇਖਣ ਵਾਲੇ ਬਹੁਤ سارے ਲੋਕ ਬੜੇ ਐਕਸਪਰਟ ਨੇ ਕੁਕਿੰਗ ਦੇ ਔਰ ਵਿੱਚ ਥੋੜਾ ਜਿਹਾ ਤੁਸੀਂ ਪਾਣੀ ਪਾ ਲਵੋ ਪਾਣੀ ਪਾ ਕੇ ਟੱਕ ਕੇ ਛੋੜ ਦਿਓ ਤਾਂ ਵੀ ਕੋਈ ਗੱਲ ਨਹੀਂ ਅਗਰ ਹਲਾਉਂਦੇ ਹਲਾਉਂਦੇ ਤੁਸੀਂ ਇਹਨੂੰ ਭੁੰਨੋ ਤਾਂ ਵੀ ਠੀਕ ਹੈ ਤੇ ਇਹ ਜੀ ਹੁਣ ਬਿਲਕੁਲ ਬਿਹਤਰੀਨ ਜਿਹਾ ਮਸਾਲਾ ਜਿਹੜਾ ਹੋ ਗਿਆ ਤਿਆਰ ਤੇ ਇਹਦੇ ਵਿੱਚ ਹੁਣ ਮੈਂ ਪਾ ਰਹੀ ਹਾਂ ਉਬਲੇ ਹੋਏ ਲੂਬੀਆ ਠੀਕ ਹੈ ਇਹਨੂੰ ਪਾ ਕੇ ਥੋੜਾ ਦੇਰ ਇਹਨੂੰ ਵੀ ਤੁਸੀਂ ਫਰਾਈ ਕਰੋ ਮਤਲਬ 1.5 ਮਿੰਟ ਤੇ ਕ ਕਿ ਥੋੜਾ ਜਿਹਾ ਆਇਲ ਦੇ ਨਾਲ ਇਹਦਾ ਜਿਹੜਾ ਟੈਕਸਚਰ ਉਹ ਪੁੰਨੇ ਵਾਲਾ ਆ ਜਾਵੇ ਠੀਕ ਹੈ ਤੇ ਵਿੱਚ ਤੁਸੀਂ ਪਾ ਦਿਓ ਪਾਣੀ حسبੇ ਜ਼ਰੂਰਤ ਅਗਰ ਤੁਸੀਂ ਲੰਬਾ ਸ਼ੋਰਬਾ ਰੱਖਣਾ ਚਾਹੁੰਦੇ ਹੋ ਥੋੜਾ ਜ਼ਿਆਦਾ ਪਾ ਲਓ ਅਗਰ ਤੁਸੀਂ ਮناسب ਜਿਆ ਰੱਖਣਾ ਚਾਹੁੰਦੇ ਹੋ ਤੇ 1.5 ਗਲਾਸ ਵੀ ਕਾਫੀ ਹੈ ਕਿਉਂਕਿ ਮੇਰੇ ਉਬਲੇ ਹੋਏ ਲੋਬੀਆਂ ਨੇ ਠੀਕ ਹੈ ਤੇ ਇਹ ਦੇਖ ਲਓ ਮੈਂ 10 ਮਿੰਟ ਬਿਲਕੁਲ ਲੋ ਫਲੇਮ ਤੇ ਰੱਖਿਆ ਸੀ 10 ਤੋਂ 15 ਮਿੰਟ ਲੱਗੇ ਹੋਣੇ ਨੇ ਤੇ ਇਹ ਪਾਣੀ ਬਿਲਕੁਲ ਤਕਰੀਬਨ ਬੈਲੈਂਸ ਹੋ ਗਿਆ ਜਿੰਨਾ ਮੈਂ ਰੱਖਣਾ ਸੀ ਓਨਾ ਹੋ ਗਿਆ ਠੀਕ ਹੈ ਇਹਨਾਂ ਨੂੰ ਹਲਾਜ ਲਾ ਕੇ ਐਵੇਂ ਥੋੜਾ ਜਿਹਾ ਵਿੱਚ ਧਨੀਆ ਛੰਨੀਆਂ ਪਾਇਆ ਹੁਣ ਮੈਂ ਇਹਨਾਂ ਨੂੰ ਕੱਢ ਲੈਣੀ ਵੇਚ ਕੀ ਚੋਂ ਕਿਉਂਕਿ ਮੈਨੂੰ ਅੱਛਾ ਨਹੀਂ ਲੱਗਦਾ ਮੈਂ ਹੁਣ ਇਹਨੂੰ ਪਾ ਕੇ ਰੱਖ ਲੈਣਾ ਇਸ ਤੋਂ ਬਾਅਦ ਫਿਰ ਮੈਂ ਪਕਾਣੀਆਂ ਰੋਟੀਆਂ ਇਹਨੂੰ ਗਾਰਨਿਸ਼ ਕੀਤਾ ਮੈਂ ਜੀ ਮਿੰਟ ਆਪਣਾ ਸਬਜ਼ ਪੁਦੀਨੇ ਨਾਲ ਸਬਜ਼ ਪੁਦੀਨਾ ਨਹੀਂ ਹੈ ਯਾਰ ਧਨੀਆ ਹੈ ਇੱਕ ਤੇ ਗੱਲ ਵੀ ਯਾਰ ਜ਼ਿਹਨ ਚ ਨਿਕਲ ਜਾਂਦੀ ਠੀਕ ਹੈ ਪੁਦੀਨਾ ਪਾਇਆ ਨਹੀਂ ਧਨੀਆ ਪਾਇਆ ਉੱਪਰ ਠੀਕ ਹੋ ਗਿਆ इनू हूँ असी रख द जाके डायनिंग इस तुँ तो बाद मैं पका तीन चार रोटियाँ ठीक तो है तो फिर इन शाला डिनर का टाइम हो जाए तो रिक्वेस्ट है कि दुर्दे पाक की कसरत कराया करो जजला होना सही दिना मुहम्मद अन्नबी जी वाह आली ही वा ही व असहा भी ही व बारिक वसलीम लबई क्या वसूल अल्लाह अपने दुआ याद रखना मिलने कल्द विलॉग से अल्लाह हाफिज़